ਕਿੱਥੋਂ ਆਏ ਹੋ ਤੁਸੀਂ ਤੁਹਾਨੂੰ ਕਿਹੜੇ ਸ਼ਹਿਰ ਤੋਂ ਆਏ ਹੋ ਔਰ ਤੁਹਾਨੂੰ ਇਹਦੇ ਪੇਪਰ ਐਗਜ਼ਾਮ ਸੈਂਟਰ ਤੋਂ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਮੈਂ ਸਰ ਡੀਏਵੀ ਕਾਲਜ ਜਲੰਧਰ ਤੋਂ ਵੈਸੇ ਮੈਂ ਲੋਕਲੀ ਕਰਤਾਰਪੁਰ ਤੋਂ ਹਾਂ ਪਾਕਿਸਤਾਨ ਬਟ ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਇਵਨ ਇੱਕ ਰੋਲ ਨੰਬਰ ਹੀ ਨਹੀਂ ਮਿਲ ਰਿਹਾ ਹੈਗਾ ਥੋੜਾ ਘੰਟਾ ਹੋ ਗਿਆ ਮੈਂ ਲਾਈਨ ਟੈਸਟ ਕਰੀ ਰਹੀ ਹਾਂ ਰੋਲ ਨੰਬਰ ਹੀ ਨਹੀਂ ਮਿਲ ਰਿਹਾ ਤੁਹਾਡਾ ਕਿਸ ਚੀਜ਼ ਦਾ ਪੇਪਰ ਹੈ ਜੀ ਠੀਕ ਹੈ ਤੇ ਤੁਸੀਂ ਆਪਣੇ ਸੀਨੀਅਰਸ ਨਾਲ ਜਾਂ ਇੱਥੇ ਦੀ ਮੈਨੇਜਮੈਂਟ ਨਾਲ ਕੰਟੈਕਟ ਕੀਤਾ ਕਿਹਨੂੰ ਮਿਲੇ ਹੋ ਤੁਸੀਂ ਕੇਸੀ ਦਾ ਪੇਪਰ ਹੈ ਤੁਹਾਡਾ ਬੇਟਾ ਕਿੱਥੋਂ ਆਏ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਤੁਹਾਡਾ ਪਹਿਲਾ ਸੈਂਟਰ ਕਿੱਥੇ ਬਣਿਆ ਸੀ ਉਸ ਤੋਂ ਬਾਅਦ ਕਦੋਂ ਤੁਹਾਨੂੰ ਚੇਂਜ ਕੀਤਾ ਉਹਨਾਂ ਨੇ ਤੁਹਾਡਾ ਕੀ ਕਹਿਣਾ ਕੀ ਪ੍ਰੋਬਲਮ ਕਹਾਂ ਸੇ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਕਦੋਂ ਦੇ ਆਏ ਹੋਏ ਤੁਸੀਂ ਕੰਟੈਕਟ ਕੀਤਾ ਤੇ ਸੀਨੀਅਰਸ ਨੂੰ ਜਾਂ ਮੈਨੇਜਮੈਂਟ ਨੂੰ ਜਾਂ ਆਪਣੇ ਟੀਚਰ ਜਿੱਥੇ ਤੁਸੀਂ ਪੜ੍ਹਾਈ ਕੀਤੀ ਟੀਚਰਸ ਨਾਲ ਕੰਟੈਕਟ ਕੀਤਾ ਤੁਸੀਂ ਪ੍ਰਾਈਵੇਟ ਸਟੂਡੈਂਟ ਕੀ ਪ੍ਰੋਬਲਮ ਆ ਰਹੀ ਮੇਰਾ ਨਾਮ ਸਤਿਜੀਤ ਸਿੰਘ ਹੈ ਮੈਂ ਡੀਏਵੀ ਕਾਲਜ ਦਾ ਐਂਡ ਇੱਥੇ ਅੱਜ ਮੈਨੂੰ ਪ੍ਰੋਬਲਮ ਇਹ ਆਈ ਇੱਥੇ ਐਕਚੁਅਲੀ ਰੱਖ ਬਹੁਤ ਹੈ ਅਤੇ ਬਹੁਤ ਹੀ ਜ਼ਿਆਦਾ ਕੰਫਿਊਜ਼ਿੰਗ ਹੈ ਕਿਉਂਕਿ ਇੱਥੇ ਰੋਲ ਨੰਬਰ ਦੇਖਣ ਲਈ ਮੈਨੂੰ ਬਹੁਤ ਟਾਈਮ ਦੇਣਾ ਪਿਆ ਕਿਉਂਕਿ ਕਲਾਸਿਸ ਵੀ ਨਹੀਂ ਮਿਲਦੀਆਂ ਕਿਉਂਕਿ ਅਨਨੋਨ ਕਾਲਜ ਹੈ ਫਸਟ ਟਾਈਮ ਆਏ ਹਾਂ ਸਾਨੂੰ ਤਾਂ ਕਾਫੀ ਕੰਫਿਊਜ਼ਨ ਹੁੰਦੀ ਹੈ ਆਪਣੇ ਕਾਲਜ ਵਿੱਚ ਹੁੰਦੇ ਤਾਂ ਆਰਾਮ ਨਾਲ ਅਸੀਂ ਰਿਲੈਕਸ ਹੋ ਸਕਦੇ ਹਾਂ ਥੈਂਕ ਯੂ ਕਹਾਂ ਸੇ ਆਏ ਹੋ तो आपने अपने सीनियर से कॉन्टेक्ट किया और या अपने प्रोफेसर से क्या कहते हैं कितों आए हो तुम तो किस शहर तो आए हो और तुम तो पेपर एग्जाम सेंटर तो की प्रॉब्लम आ रही है मैं सर डीएवी कॉलेज जलंधर तो वैसे मैं लोकली करतारपुर तो हां बट इतने बहुत सारी प्रॉब्लम्स आ रही है इवन एक रोल नंबर ही नहीं मिल रहा है थोड़ा घंटा हो गया मैं लाइन टेस्ट कर रही हूं तुम्हारा किस चीज का पेपर है ਠੀਕ ਹੈ ਤੇ ਤੁਸੀਂ ਆਪਣੇ ਸੀਨੀਅਰਸ ਨਾਲ ਜਾਂ ਇੱਥੇ ਦੀ ਮੈਨੇਜਮੈਂਟ ਨਾਲ ਕੰਟੈਕਟ ਕੀਤਾ ਕਿਹਨੂੰ ਮਿਲੇ ਹੋ ਤੁਸੀਂ ਕਿਹੜੇ ਸਰ ਨੂੰ ਮਿਲੇ ਬਾਹਰ ਜਾ ਕੇ ਦੇਖੋ ਬਾਹਰ ਰੋਲ ਨੰਬਰ ਨਹੀਂ ਲੱਗਦਾ ਪਿਆ ਭੀੜ ਵੀ ਜਿਹਨਾਂ ਕੋਲ ਸਿਟਿੰਗ ਪਲਾਨ ਉਹਨਾਂ ਨੂੰ ਮਿਲ ਕੇ ਆਏ ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਜਿਹਨਾਂ ਕੋਲ ਸਿਟਿੰਗ ਪਲਾਨ ਆ ਉਹਨਾਂ ਨੂੰ ਮਿਲ ਕੇ ਕਹਿੰਦੇ ਬਾਹਰ ਹੀ ਆ ਅੰਦਰ ਤੁਹਾਨੂੰ ਪੁੱਛ ਕੇ ਪਤਾ ਕਹਿੰਦੇ ਬਾਹਰ ਦੇਖੋ ਧੱਕੇ ਵੀ ਬਹੁਤ ਵੱਜਣ ਡੇ ਆ ਤੇ ਪ੍ਰਾਣ ਨਾਲ ਲੱਗਣਾ ਪੇਪਰ ਦੇਣੀਆਂ ਇਹ ਧੱਕੇ ਖਾਣੀ ਕੇਸੀ ਦਾ ਪੇਪਰ ਹੈ ਤੁਹਾਡਾ ਫਿਜ਼ੀਕਲ ਦਾ ਪੇਪਰ ਹੈ ਸਾਡਾ ਇਸ ਤਰ੍ਹਾਂ ਮੈਂ ਵੀ ਆਊਂਗਾ ਬੇਟਾ ਅੱਜ ਕਿੱਥੋਂ ਆਏ ਅੱਜ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਨੰਬਰ ਨਹੀਂ ਲੱਗਦੇ ਮੈਂ 3-4 ਵਾਰੀ ਲੱਗ ਸਕਦੇ ਤੁਹਾਡਾ ਪਹਿਲਾ ਸੈਂਟਰ ਕਿੱਥੇ ਬਣਿਆ ਸੀ ਉਸ ਤੋਂ ਬਾਅਦ ਕਦੋਂ ਤੁਹਾਨੂੰ ਚੇਂਜ ਕੀਤਾ ਉਹਨਾਂ ਨੇ ਤੁਹਾਡਾ ਕੀ ਕਹਿਣਾ ਕੀ ਪ੍ਰੋਬਲਮ ਕਹਾਂ ਸੇ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਕਦੋਂ ਦੇ ਆਏ ਹੋਏ ਤੁਸੀਂ ਕੰਟੈਕਟ ਕੀਤਾ ਤੇ ਸੀਨੀਅਰਸ ਨੂੰ ਜਾਂ ਮੈਨੇਜਮੈਂਟ ਨੂੰ ਜਾਂ ਆਪਣੇ ਟੀਚਰ ਜਿੱਥੇ ਤੁਸੀਂ ਪੜ੍ਹਾਈ ਕੀਤੀ ਉਹ ਟੀਚਰਸ ਨਾਲ ਕੰਟੈਕਟ ਕੀਤਾ ਤੁਸੀਂ ਪ੍ਰਾਈਵੇਟ ਸਟੂਡੈਂਟ ਕੀ ਪ੍ਰੋਬਲਮ ਆ ਰਹੀ ਮੇਰਾ ਨਾਮ ਸਤਿਜੀਤ ਸਿੰਘ ਹੈ ਮੈਂ ਡੀਏਵੀ ਕਾਲਜ ਦਾ ਐਂਡ ਇੱਥੇ ਅੱਜ ਮੈਨੂੰ ਪ੍ਰੋਬਲਮ ਇਹ ਆਈ ਇੱਥੇ ਐਕਚੁਅਲੀ ਰੱਖ ਬਹੁਤ ਹੈ ਤੇ ਬਹੁਤ ਹੀ ਜ਼ਿਆਦਾ ਕੰਫਿਊਜ਼ਿੰਗ ਹੈ ਕਿਉਂਕਿ ਇੱਥੇ ਰੋਲ ਨੰਬਰ ਦੇਖਣ ਲਈ ਮੈਨੂੰ ਬਹੁਤ ਟਾਈਮ ਦੇਣਾ ਪਿਆ ਕਿਉਂਕਿ ਕਲਾਸਿਸ ਵੀ ਨਹੀਂ ਮਿਲਦੀਆਂ ਕਿਉਂਕਿ ਅਨਨੋਨ ਕਾਲਜ ਹੈ ਫਸਟ ਟਾਈਮ ਆਏ ਹਾਂ ਸਾਨੂੰ ਤਾਂ ਕਾਫੀ ਕੰਫਿਊਜ਼ਨ ਹੁੰਦੀ ਹੈ ਆਪਣੇ ਕਾਲਜ ਵਿੱਚ ਹੁੰਦੇ ਤਾਂ ਆਰਾਮ ਨਾਲ ਅਸੀਂ ਰਿਲੈਕਸ ਹੋ ਸਕਦੇ ਹਾਂ ਥੈਂਕ ਯੂ कहाँ से आए हो तो आपने अपने सीनियर से कॉन्टेक्ट किया और या अपने प्रोफेसर से क्या कहते हैं